ਮੈਨੂੰ ਪਤਾ ਸੀ ਕਿਸੇ ਨਾ ਕੁਛ ਚਮਚਾਗਿਰੀ ਕਰਨੀ ਆ ਲੱਲਾ ਭੱਬਾ ਹੈਗੇ ਨੇ ਇਹੋ ਜਿਹੇ ਬਿੱਜੂ ਬਥੇਰੇ ਉਹਦੇ ਕਰਕੇ ਮੈਂ ਕਮੈਂਟ ਬੰਦ ਕਰਤੇ ਮੈਂਬਰਸ ਸਿਰਫ ਇਹਦੇ 'ਤੇ ਕਮੈਂਟ ਕਰ ਸਕਦੇ ਨੇ ਵੈਰੀ ਕਲੀਅਰ ਦੂਜੀ ਗੱਲ ਇਹ ਛੋਟਾ ਜਿਹਾ ਲਾਈਵ ਆ ਮੇਰੇ ਕੋਲ ਵੀਡੀਓ ਬਣਾਉਣ ਦਾ ਮੇਰਾ ਮਨ ਨਹੀਂ ਸੀ ਆਇਆ ਅਪਲੋਡ ਉਹਦੀ ਐਕਸਪੋਰਟਿੰਗ ਲੱਲਾ ਭੱਬਾ ਮੈਂ ਵੀ ਮੈਂ ਸਾਹਮਣੇ ਕੜਕੀ ਨਿਬੇੜ ਦਿੰਦੇ ਹਾਂ ਅਗਲੀ ਗੱਲ ਆ ਮੈਂ 3-4 ਦਿਨ ਹੋ ਗਏ ਮੇਰੇ ਤੋਂ ਪਈ ਨਹੀਂ ਹੁਣ ਮੈਂ ਕੱਲ੍ਹ ਤੋਂ ਵੀਡੀਓ ਆ ਜਿਹੜੀ ਸਟਾਰਟ ਵੀ ਕਰ ਦੇਣੀ ਆ ਪਿੱਛੇ ਜਾ ਕੇ ਸਾਰੀ ਗੱਲ ਸੁਣ ਮੇਰੀ ਇਹ ਵੀਡੀਓ ਦੇ ਜ਼ਰੀਏ ਇੱਕ ਬੇਨਤੀ ਆ ਸਾਰਿਆਂ ਨੂੰ ਕੋਈ ਵੀ ਸੱਜਣ ਮਿੱਤਰ ਬਿਨਾਂ ਕਿਸੇ ਗਿਆਨ ਤੋਂ ਬਿਨਾਂ ਕਿਸੇ ਨੌਲੇਜ ਤੋਂ ਜਿਹਨੂੰ ਕਿਸੇ ਦਾ ਕੱਖ ਨਹੀਂ ਪਤਾ ਉਹ ਕਮੈਂਟ ਨਾ ਕਰਿਆ ਕਰੋ ਦੂਜੀ ਗੱਲ 'ਤੇ ਟਰੈਕਟਰਾਂ ਦੀ ਗੱਲ 'ਤੇ ਆਉਂਦੇ ਹਾਂ ਬਿਨਾਂ ਮਤਲਬ ਤੋਂ ਕਿਸੇ ਦੇ ਟਰੈਕਟਰ ਨੂੰ ਨਾ ਭੰਡਿਆ ਕਰੋ ਬਿਨਾਂ ਮਤਲਬ ਤੋਂ ਇਹ ਨਾ ਕਿਹਾ ਕਰੋ ਕਿ ਉਹ ਟਰੈਕਟਰ ਤਾਂ ਕਬਾੜ ਆ ਇਹਦੀ ਤਾਂ ਮਾਰਕੀਟ ਨਹੀਂ ਇਹਨੂੰ ਕੌਣ ਪੁੱਛਦਾ ਮੈਂ ਹਮੇਸ਼ਾ ਤੁਹਾਡੇ ਭਰਾ ਨੇ ਲੌਜਿਕ 'ਤੇ ਗੱਲ ਕੀਤੀ ਹੈ ਅੱਜ ਵੀ ਲੌਜਿਕ 'ਤੇ ਗੱਲ ਕਰੂੰਗਾ ਸਟੈਂਡ 'ਤੇ ਗੱਲ ਕਰੂੰਗਾ ਜਿਹੜੇ ਲੋਕ ਮੈਨੂੰ ਭੰਡਦੇ ਹੁੰਦੇ ਸੀ ਅੱਜ ਉਹਨਾਂ ਦੇ ਕੋਕਾ ਲਾਉਣਾ ਐਨ ਜੜਾ 'ਚ ਗੱਲ ਦੱਸਣੀ 2019 'ਚ ਜਦੋਂ ਮੈਂ 963 ਲਿਆ ਸੀ ਮੈਂ ਪਿਆਰ 'ਚ ਲਿਆ ਸੀ ਸਾਡੇ ਘਰ ਦਾ ਕੰਮ ਹੈ ਉਹਨਾਂ ਨੇ ਮੈਂ ਮਾਣ ਕਰਿਆ ਕਿ ਜੇ ਚਾਚੇ ਤੂੰ ਨਹੀਂ ਲੈਂਦਾ ਹੋਰ ਕੌਣ ਲਊਗਾ ਆਪਾਂ ਮਾਣ ਕਰਿਆ ਮੈਂ ਕੋਈ ਗੱਲ ਨਹੀਂ ਉਹ ਸਾਡਾ ਪਰਿਵਾਰਕ ਅਲੱਗ ਰਿਲੇਸ਼ਨ ਆ ਇਹ ਗੱਲ ਮੇਰੀ ਯਾਰ ਉਹਨਾਂ ਦੀ ਦੂਜੀ ਗੱਲ ਮੈਨੂੰ ਕਹਿੰਦੇ ਕਬਾੜ ਤੂੰ 855 ਲੈ ਤੂੰ ਫਲਾਣਾ ਲੈਂਦਾ ਜੌਂਡੀਅਰ ਲੈ ਲਾ ਇਹਨੂੰ ਇਹਦਾ 4 ਲੱਖ ਦਾ ਵਿਕੂਗਾ ਫਲਾਂ ਵਿਕੂਗਾ ਅੱਜ ਉਹ ਸਾਰੇ ਕੰਨ ਖੋਲ੍ਹ ਕੇ ਸੁਣ ਲਓ ਬਾਈ 2019 ਮਾਡਲ ਹੈ 1000 ਘੰਟੇ ਚੱਲਿਆ ਹੋਇਆ ਮੇਰਾ ਟਰੈਕਟਰ ਹੈ ਮੈਂ 680,000 ਦਾ ਟਰੈਕਟਰ ਲਿਆ ਸੀ ਅੱਜ ਮੇਰਾ ਟਰੈਕਟਰ 612,000 ਰੁਪਇਆ ਬੰਦੇ ਅੱਜ ਲਾ ਕੇ ਗਏ ਨੇ ਮੈਂ 6.25 ਮੰਗ ਰਿਹਾ 2019 ਮਾਡਲ 1000 ਘੰਟਾ ਚੱਲਿਆ 680,000 ਦਾ ਲਿਆ ਸੀ ਅੱਜ 612,000 ਰੁਪਇਆ ਲੱਗਦਾ ਹੁਣ ਜਿਹੜੇ ਮੈਨੂੰ ਕਹਿੰਦੇ ਸੀ ਇਹਦੀ ਮਾਰਕੀਟ ਨਹੀਂ ਫਲਾਣਾ ਨਹੀਂ ਧਮਕਾ ਨਹੀਂ ਅੱਜ ਕੰਨ ਖੋਲ੍ਹ ਲਓ 3 ਸਾਲਾਂ ਦੇ ਵਿੱਚ ਮੇਰਾ ਟਰੈਕਟਰ ਕੁੱਲ 66,000 ਰੁਪਇਆ ਘਟਿਆ ਜਸਟ 66,000 ਰੁਪਇਆ ਜਿਹੜੇ ਲੋਕ ਕਰੀ ਜਾਂਦੇ ਸੀ ਇਹ ਕਬਾੜਾ ਇਹ ਫਲਾਣਾ 69 ਅਤੇ 63 ਦੇ ਲੋਕ 69 ਤਾਂ ਮਿਲਦੇ ਹੀ ਨਹੀਂ ਚਲੋ ਨਵੇਂ ਹੀ ਲੈਣਾ ਪੈਂਦਾ 63 ਨੂੰ ਲੋਕ ਐਂ ਹੱਥ 'ਤੇ ਦੀਵਾ ਧਰਿਆ ਹੋਇਆ ਐਂ ਲੱਭਦੇ ਫਿਰਦੇ ਆ ਮੈਨੂੰ ਰੋਜ਼ 10-10 ਫੋਨ ਬਾਈ 63 ਦੇ ਦੇ ਕਿਉਂਕਿ ਮੈਂ ਕਹਿੰਦਾ ਹੁੰਦਾ ਸੀ ਕਿ ਬਿਊਟੀਫੁੱਲ ਸਪੀਡ 963 ਦੀ ਆ ਕਿਸੇ ਦੀ ਇਹਦੇ ਨਾਲ ਦੀ ਸਪੀਡ ਨਹੀਂ ਕਰੀਪ ਹੋਰ ਵੀ ਕਰਦੇ ਨੇ ਪਰ 63 ਨਾਲ ਦੀ ਕਿਸੇ ਦੀ ਸਪੀਡ ਹੈ ਨਹੀਂ ਸੀ ਅੱਜ 63 ਲੱਭਣ ਚਲੇ ਜਾਓ ਜਿਹਨੇ ਕਹਿਣਾ ਵੀ ਇਹ ਸਵਰਾਜ ਦੀ ਪ੍ਰੇਜ ਕਰਦਾ ਮੈਂ ਤਾਂ ਕਰੂੰਗਾ ਜਿਹਨੂੰ ਤਕਲੀਫ ਆ ਹੋ ਹੀ ਜਾਵੇ ਆਈ ਡੋਂਟ ਕੇਅਰ ਪਰ ਮੈਂ ਲੌਜਿਕ 'ਤੇ ਗੱਲ ਕਰਦਾ 19 ਮਾਡਲ ਟਰੈਕਟਰ 6 ਲੱਖ ਰੁਪਈਏ ਤੋਂ ਜੇ ਸਾਫ਼ ਸੁਥਰਾ ਤੁਸੀਂ ਸੰਭਾਲਿਆ ਵਾ ਕਬਾੜ ਨਾ ਮੈਨੂੰ ਕਿਉਂ 612,000 ਰੁਪਈਏ ਦਾ ਆਪਣੇ ਵਾਲਾ ਵਿਕਦਾ 19 ਮਾਡਲ 963 6 ਲੱਖ ਤੋਂ ਬਾਹਰ ਵਿਕਦਾ ਜਿਨ੍ਹਾਂ ਨੇ ਟਰੈਕਟਰ 80,000 90,000 7 ਲੱਖ 10,000 15,000 20,000 ਸਕੀਮ ਦੇ ਅਕੋਰਡਿੰਗ ਇੱਥੇ ਲਏ ਹੋਏ ਸੀ ਮੈਨੂੰ 680,000 ਦਾ ਟਰੈਕਟਰ ਪਿਆ ਸੀ ਠੀਕ ਆ ਜੀ ਮੇਰਾ ਟਰੈਕਟਰ 3 ਸਾਲਾਂ ਬਾਅਦ ਅੱਜ 68,000 ਘੱਟਾ ਪਾ ਰਿਹਾ ਫਿਰ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਸੀ ਜਿਹੜੇ ਲੋਕ ਮਰੀ ਜਾਂਦੇ ਸੀ ਗੱਲਾਂ ਕਿਹਦੀ ਮਾਰਕੀਟ ਨਹੀਂ ਹੋਈ ਕਮੈਂਟ ਤਾਂ ਮੈਂ ਬੰਦ ਕਰੇ ਹੋਏ ਨੇ ਤੜਫੀ ਜਾਣ ਜਿਹਨੇ ਤੜਫਣਾ ਦੇਖ ਤੜਫੀ ਜਾਣ ਜਿਹਨੇ ਤੜਫਣਾ ਮੈਨੂੰ ਇਸ ਗੱਲ ਦੀ ਕੋਈ ਫਰਕ ਨਹੀਂ ਪਰ ਮੈਨੂੰ ਪਤਾ ਸੀ ਵੀ ਮੈਂ ਅੱਜ ਨਹੀਂ ਮਾਰਕੀਟ 'ਤੇ ਬੋਲੂੰਗਾ ਮੈਂ 3 ਸਾਲ ਬਾਅਦ ਬੋਲੂੰਗਾ ਅਤੇ ਮੈਂ ਅੱਜ ਬੋਲਿਆ ਮੈਂ ਬੋਲਿਆ ਨਹੀਂ ਕਦੇ ਮੈਂ ਹਰ ਚੀਜ਼ 'ਤੇ ਮੈਂ ਕਹਿੰਦਾ ਸੀ ਸਪੀਡਾਂ ਬਿਊਟੀਫੁੱਲ ਨੇ ਲੋਕਾਂ ਨੂੰ 3 ਸਾਲ ਬਾਅਦ ਅਕਲ ਆਈ ਅੱਜ ਆ ਗਈ ਅੱਜ ਕਾਹਤੇ ਲੱਭਦੇ ਫਿਰਦੇ ਨੇ 963 ਕਿਉਂਕਿ ਸੁਪਰ ਸੀਡਰ ਸਿਰਫ ਇਹੀ ਚਲਾਉਂਦਾ ਹੋਰ ਵੀ ਚਲਾਉਂਦਾ ਨਹੀਂ ਡੱਕਾ ਨਹੀਂ ਤੋੜਦਾ ਕੋਈ ਚੰਗੇ ਫੰਨੇ ਖਾਂ ਨਹੀਂ ਡੱਕਾ ਤੋੜਦੇ ਜਿਨ੍ਹਾਂ ਦੇ ਬੜੇ ਬੜੇ ਮਹਾਨ ਨਾਂ ਨੇ ਕਰ ਲਓ ਗੁੱਸਾ ਜਿਹਨੇ ਕਰਨਾ ਸਿਰਫ 963 ਚਲਾਉਂਦਾ ਸੀ ਅੱਜ ਜਿਨ੍ਹਾਂ ਨੇ ਉਹ 2019 'ਚ 7 ਲੱਖ ਦੇ ਹੋਰ ਟਰੈਕਟਰ ਲਏ ਸੀ ਸਾਰੇ ਆਪਣੀਆਂ ਕਾਪੀਆਂ ਚੱਕ ਲਓ ਕੀ ਸਾਰਿਆਂ ਦਾ 70,000 ਘੱਟਾ ਪਾਉਂਦਾ ਹਿਸਾਬ ਲਾ ਲਿਓ ਮੇਰਾ ਟਰੈਕਟਰ ਮਹਾਰਾਜ ਦੀ ਕਿਰਪਾ ਨਾਲ ਕੁੱਲ 68,000 ਰੁਪਇਆ ਘੱਟ ਰਿਹਾ ਅੱਜ 680 ਮਾਈਨਸ 6,12,000 ਟੂ ਵੀਲਰ 1000 ਘੰਟੇ ਚੱਲਿਆ ਹੋਇਆ ਕੋਈ ਐਵੀਡੈਂਸ ਚਾਹੀਦਾ ਐਵੀਡੈਂਸ ਵੀ ਦੇ ਦਿੰਦਾ ਕੱਲ੍ਹ ਨੂੰ ਕਾਲ ਰਿਕਾਰਡਿੰਗਾਂ ਦੇ ਫੋਨ 'ਤੇ ਲੱਗਦਾ ਬਾਈ 6,12,000 ਰੁਪਈਆ ਅਤੇ ਮੈਂ 6.25 ਲੱਖ ਰੁਪਈਆ ਮੰਗਦਾ ਮੈਂ ਦੇਣਾ 6.25 ਦਾ ਵੀ ਨਹੀਂ ਮੈਂ ਕਿਹੜਾ ਚੜਾਇਆ ਸੀ ਪਰ ਜਿਹੜੇ ਲੋਕ ਕਹਿੰਦੇ ਹੁੰਦੇ ਸੀ
बिना मतलब तो मेरे वीर मेरे भरा जी किसी चीज़ में भंडना च हट जाओ, कोई चीज़ इदा पुन च नहीं मिलती। जिहड़ी गल ते मैं वीडियो करूँगा उहदा मैं हमेशा लॉजिक ते गल कीती आ, हमेशा प्रूफ दिता है, एविडेंस दिता है। मैं 3 साल नहीं बोलिया लगातार, मैं कहा इन्हां नूं भंड लैण दे जिहड़े भंडते ने। मैं हिक ठोक के कहना जिहड़े कहिंदे सी 855 855 855, जिन्हें 2019 दे विच 855 लिया सी, मेरे नाल मेरा फोन नंबर आ, सारिआं कोल फेसबुक ते मेरा नंबर आ, सारे अपनी अपनी कापियां पेन लैके आओ। की तुहानू 68,000 रुपया कटदा? 963 मैनू सिर्फ 68,000 रुपया कटिया। जे मैं ना लिया हुंदा 855 ते कम नहीं सी करदा, ना वह सुपरफीडर खिंचदा सी, ना वह रोटावेटर खिंचदा सी। मेरे ने सारे कम किए, प्लस स्वराज 855 नालों दुगनी मार्केट है। 963 969 की जय जयकार है। जिन्हें भी इन्हां नाल दे ट्रैक्टर ने सब तो वध मार्केट है। फाइनली आखरों दिन आया, साडी मेहनत ने रंग लाया, लोगों के गल खाने पेगी। 3 साल मैं वीडियोज़ करता रहा, मैनू लोगों ने भंडिया नौलिया, कदे मैनू मेरी माँ भैन नू गालां तो चलो मैं भी बथेरिया कटता सी, घट तो मैं भी नहीं है फिर। पर अज मैं साबित करके सिद्ध करके दिखाता, मैं उन्होंने यूट्यूबर चो है नहीं, मेरे लिए यह धंधा है नहीं सारा। मैं तो कई बार कोई गाल गूल निकल जाती है, मैं धार नहीं मारता, मैं अपने शौक न पाँना जो पाँना। मैं कहता सी 63 69 ब्यूटीफुल ट्रैक्टर ने, मैनू कोई ठंड नहीं किसी की, कोई बारला बलायती है इंडिया ना ये एंड वो आ कोई हो, मैनू कोई फर्क नहीं। मैं कहता सी कि गेरा चिरा लोगों 3 साल बाद जक ला गई। हुण पुराने ने मगर मगर फिरते ने, जिन्हों कहने होंगे सी 5.25 लाख का बिकूगा, अच्छ 6.25 लाख रुपया लगता। अच्छ सिर्फ जो कोई पुराना ट्रैक्टर सुपर सीडर खिंच सकता 963 तो 969 दूजा तीजा सड़क कोई नहीं है। मैनू इस गल ते माण आ, मैं लॉजिक ते गल कीती, अज तक हर गल दी जबान रखी आ। अगली गल, जिन्ना चिर मैं वीडियो पाउंदा रहा, जिहड़ा ट्रैक्टर अंडर गरंटी वरंटी आ, अंबरसर दा, पठानकोट दा, बठिंडे दा, मैं हरेक नूं फोन ला के कहा आओ मैं तुहाडा कम करके दिंदा, मैं पल्यों करा, मैं कुछ भी करा। नौजवान भी अज तक भगता ही आ, कोई आवे कोई ना आवे, कदों आए भी ने। मैं ट्रैक्टर भी बदला के दिते ने, पर मैं कदे आ इत्थे आ गल्लां नहीं कीतियां किसे नूं। मैनूं इस गल का दुख सी भी लोग मैनूं कहिंदे ने कबाड़ दी, इह लोकां दे गल वढाउंदा, इहदी मार्केट नहीं। अज हुण अपने अपने वीडियो देख लो, अपने अपने कापी पेन चक लियो। मैं सवेरे तुहानूं एविडेंस दे इन्ना नंबर ते मेरे ते फोन ला लियो। मेरा ट्रैक्टर अज 68,000 घाटा पाउंदा, वैसे 6.25 लाख का बिकूंगा। मैं 680,000 माइनस 625,000 करो, 32 ते 25 कुल 55,000 का घाटा मैनूं 3 साल च पिया। मैं कहते कह कि हिसाब ना कि कहता भी मार्केट घट्टा भी मैनू कोई साले की स्वराज की ठंड नहीं, जिन्हें अग लाइनी है साले ला दो, अही तो ही मरावे स्वराज। मैं जी गल करता सी मैं वो साबित की कि मार्केट भी आ, एक खूबसूरत ट्रैक्टर आ, यदि जी गेयर स्पीड आई किसी की स्पीड है नहीं। मैं साबित करके दिखाया, तो मैं अच्छ बहुत मेरा मन मैं वीडियो वूडियो चुकानी, मैं तो सौन लग्या जी। मैं जद ही लाइव होया तो मैं दसिया कि जिहड़ी चीज़ मैं कहिंदा सी उह सत होई आ, साबित होई आ। जिन्नियां तुहाडा भरा वीडियोज़ करूगा उन्हां ते लॉजिक होगा। मैं कोई एवं बेचारा किसी का ना लवा, वैसे कहिंदे आ भी इत्थे महान होण वास्ते मरना पैंदा, मरना मुरना तां मैं है नहीं, जां मरे ते लोकां नूं याद करदे ने, जां उदों जदों वेला लंघ जांदा। मैं 3 साल नहीं बाई जी बोलिया, 3 साल मैं कुछ नहीं बोलिया। अज मेरिया गल्लां कहते सही होण लग गई। हुण कहिंदे गेयर ते स्पीड नहीं, इहदे वर्गी ते इहदे वर्गी है नहीं, 63 वर्गी जिथे मर्जी दीवा हाथ से धर के कुछ फिर। इन्हों की मार्केट भी दूजे सारे ट्रैक्टर अज उपर, मैं साबित करके दिखाता। ठीक है जी, जे हले भी किसी तसली नहीं हुई कोई फर्क नहीं, पर मैं लॉजिक से सच से वीडियोज़ करता रहूँगा। कमेंट मैं बंदे कर दिया करने, अज लई इन्ना ही। मेरे अंदर अवाल सी मैं कढ़ता, 3 साल जिन्हों तुसी कबाड़ कहते होंगे सी, ये मिड्डा है, ये फिड्डा है, खुत है, गधा है, ये आ वो आ ट्रैक्टर, वो ट्रैक्टर अज मैनू 3 साल कुल अज के रेट के हिसाब न जिन्हें का मेरा अज विकता 68,000 रुपया घाटा पा रहा। जे मैं कोई होर लैंदा वो बद पाँगा, तो मेरे सारे काम करता। शायद मैं हूँ बेच के 69 लै ला, वो हले मैं दुचित्ती चा। वाहगुरू जी का खालसा, वाहगुरू जी की फतेह। बस आही कहना सी, नज़ारे बढ़ो।